फोटो
क्या बात है जी, मुबारक हो चौधरी साहब।
ਬੰਦੇ ਬੰਦੇ ਦੇ ਬਾਂਦ ਮੇਰਾ ਬੇਦਨ ਆਏ ਉਹ ਕਿਉਂ ਜਨਾਬ ਉਹ ਜਿਹਦੇ ਕੋਲ ਉਧਾਰ ਲੈਂਦੇ ਵਾਪਸ ਨਹੀਂ ਦਿੰਦਾ ਇਹ ਕੋਈ ਦਹਿਸ਼ਤ ਨਹੀਂ ਹਾਂ ਇਹ ਬਗੈਰਤੀ ਹੈ ਇਸ ਤਰ੍ਹਾਂ ਆ ਦਹਿਸ਼ਤ ਇਹਦਾ ਨਾ ਹੀ ਆ ਸਾਡੇ ਇਲਾਕੇ ਦੇ ਵਿੱਚ ਪੂਰੇ ਸਾਡੇ ਪਿੰਡ ਵਿੱਚ ਮੇਰੇ ਵਿੱਚ ਦਹਿਸ਼ਤ ਦਹਿਸ਼ਤ ਉਹ ਸਾਡੀ ਤੇ ਗਲੀ ਦੇ ਵਿੱਚ ਕੋਈ ਬੰਦਾ ਨਹੀਂ ਲੰਘ ਸਕਦਾ ਬੰਦਾ ਨਹੀਂ ਲੰਘ ਸਕਦਾ ਅੱਗੋ ਗਲੀ ਬੰਦ ਹੈ ਆ ਜਿਹੜਾ ਮੇਰਾ ਦਾਦਾ ਹੈ ਹਾਂ ਉਹਦੀ ਦਹਿਸ਼ਤ ਪਿੰਡ ਦੇ ਵਿੱਚ ਕੀ ਜਿਹਨੇ ਨਾਲ ਤਿੰਨ ਚਾਰ ਹੋਰ ਪਿੰਡ ਨੇ ਉਹਨਾਂ ਦੀ ਬੜੀ ਦਹਿਸ਼ਤ ਹੈ ਅੱਛਾ ਅੱਲਾ ਦੇ ਆ ਬੰਦੇ ਆ ਪੂਰਾ ਪਿੰਡ ਮੇਰੇ ਦਾਦੇ ਦੇ ਕੇ ਖੰਗ ਨਹੀਂ ਸਕਦਾ ਕਿਉਂ ਖੰਗ ਦੀ ਦਵਾਈ ਵੇਚਦੇ ਨੇ ਇੱਕ ਫੂਰਾ ਜੀ ਮੇਰਾ ਬਚਪਨ ਦਾ ਯਾਰ ਹਾਂ ਇੱਕ ਦਿਨ ਅਸੀਂ ਆ ਰਹੇ ਆ ਜੀ ਕਹਿੰਦੇ ਸਨ ਕਰਾ ਦੇ ਸ਼ੋਅ ਚ ਲੈਂਦੇ ਚਲੋ ਰਸਤੇ ਜਾ ਜੇ ਨੂੰ ਪਿਆਸ ਲੱਗ ਗਈ ਪਾਣੀ ਤਾਂ ਮਿਲਿਆ ਨਹੀਂ ਇੱਕ ਬਾਬਾ ਦੁੱਧ ਵਾਲਾ ਬੈਠਾ ਸੀ ਕਹਿੰਦੇ ਬਾਬਾ ਇੱਕ ਗਿਲਾਸ ਦੁੱਧ ਤਾਂ ਦੇਈ ਬਾਬੇ ਨੇ ਦਿੱਤਾ ਪੀ ਗਿਆ ਫਿਰ ਕਹਿੰਦੇ ਇੱਕ ਗਿਲਾਸ ਹੋਰ ਦੇਈ ਬਾਬੇ ਨੇ ਹੋਰ ਤਾਂ ਉਹ ਪੀ ਗਿਆ बाबा तीसरा गिलास देने लगे कहने बाबा हाथ रोक लाए बाबा कहते क्यों कहते पैसे नहीं है बाबा कहते पुत्र पैसे नु गोली मार इन्हें कुत्ता मुंह मार के लिए डोलना चलो तू पी ले और सुना ठीक है अल्लाह का शुक्र एडा बेवकूफ बाथरूम ते विच गया अगे मखाने समझ के वो खा गया सारे एक दिन मैं कब्रिस्तान गया थे कब्र बैठे रो रहा हुए अपा सानू छोड़ा है यतीम घर है मैं कहा तू चौधरी ना अब तू नदीर का पुत्र है कहने आओ मैं के पागल है तो मेरे प्यो की कब्र है तेरे बुजुर्ग की कब्र है आप भी एडा बेवकूफ चरस बना रहे हो उठे बैठ के कब्रिस्तान दे उतो ऐसा तो ने छापा मारता इन्हें सिगरेट ही सेट दी चरस ही सेट दी दुआ मांगनी शुरू कर दी ऐसा चो कहंदा ओए की कर रहे इथे कहंदा जनाब दुआ मांग रहे कहंदा कब्र किंदी है कहंदा जनाब मेरे वाले साहब की कब्र है ਉਹ ਕਹਿੰਦਾ ਇਹ ਤੇ ਕਿਸੇ ਬੱਚੇ ਦੀ ਕਬਰ ਹੈ ਕਹਿੰਦਾ ਹਾਂਜੀ ਹਾਂਜੀ ਅੱਪਾ ਜੀ ਬਚਪਨ ਚ ਫੌਤ ਹੋ ਗਏ ਓਏ ਗਫੂਰਿਆ ਓਏ ਚੌਧਰੀ ਕੋਈ ਆਮ ਬੰਦਾ ਨਹੀਂ ਅੱਛਾ ਓਏ ਚੌਧਰੀ ਵੱਡਾ ਸ਼ਿਕਾਰੀ ਸ਼ਿਕਾਰੀ ਓਹੋ ਇੱਕ ਦਿਨ ਚੌਧਰੀ ਨੇ ਆਪਣੀ ਫਸਲਾਂ ਵਾਲੇ ਪਾਸੇ ਗਿਆ ਕਮਾਂ ਦੀ ਫਸਲ ਵੇਖਿਆ ਤੇ ਖੜ ਖੜ ਹੋਈ ਮੈਂ ਵੇਖਿਆ ਇੱਕ ਪਾਸੇ ਸ਼ੇਰ ਖੜਾ ਸੀ ਇੱਕ ਪਾਸੇ ਗਿੱਦੜ ਅੱਛਾ ਓਏ ਚੌਧਰੀ ਗਿਆ ਘਰੋਂ ਬੰਦੂਕ ਚੁੱਕ ਕੇ ਲਿਆਇਆ ਕੀ ਬਾਤ ਕਿਵੇਂ ਫੈਰ ਗੜਿਆ ਸ਼ੇਰ ਮਰ ਗਿਆ ਇਹ ਗਿੱਦੜ ਇਹ ਖੜੋਤਾ ਹੈ ਚੌਧਰੀ ਬੜਾ ਸ਼ਰਦਾ ਆਦਮੀ ਐਸਾ ਸ਼ਰਦਾ ਮੈਂ ਜ਼ਿੰਦਗੀ ਚ ਨਹੀਂ ਵੇਖ ਲਾਰੀ ਅੱਡੇ ਚ ਬੱਕਰੀਆਂ ਲੈ ਕੇ ਸੁੱਤ ਤੇ ਬੱਸ ਵਾਲੇ ਨਾਲ ਲੜ ਕੰਡਕਟਰ ਨੂੰ ਉਹ ਛਿਲਿਆ ਉਹ ਛਿਲਿਆ ਉਹ ਮੈਂ ਕਿਹਾ ਚੌਧਰੀ ਤੂੰ ਵੀ ਚੋ ਦੋ ਚਾਰ ਹੰਦੇ ਲਾ ਕਹਿੰਦਾ ਯਾਰ ਮੇਰੇ ਨਾਲ ਜ਼ਨਾਨਾ ਸਾਥ ਲਾਣਾ ਹੁੰਦਾ ਇਹ ਗਫੂਰਾ ਵੀ ਇੱਕ ਦਿਨ ਆਇਆ ਤੇ ਬੱਸ ਤੇ ਮੇਰੇ ਨਾਲ ਚੜਿਆ ਕਹਿੰਦੀ ਮੇਰਾ ਕਹਿੰਦਾ ਚੱਲ ਵੀ ਅੱਗੇ ਹੋ ਇਹ ਟੁੱਟਦਾ ਟੁੱਟਦਾ ਡਰਾਈਵਰ ਨਾਲ ਪੁੱਜ ਗਿਆ ਕਹਿੰਦਾ ਕਹਿੰਦਾ ਚੱਲ ਬਈ ਪਿੱਛੇ ਹੋ ਫਿਰ ਪਿੱਛੇ ਆ ਗਿਆ ਫਿਰ ਕਹਿੰਦੀ ਕਹਿੰਦਾ ਤੈਨੂੰ ਵੀ ਅੱਗੇ ਅੱਗੇ ਹੋ ਅੱਜ ਬੱਸ ਰੋਕੋ ਇਹ ਕਹਿੰਦੀ ਕਹਿੰਦਾ ਗੱਲ ਕੀ ਹੈ ਅੱਜ ਜੇ ਤੋ ਜਾਣਾ ਪੈ ਤੇਰੇ ਟਿਕਟ ਗਿਰ ਗਈ ਦੀ ਚੌਧਰੀ ਸਾਹਿਬ ਵੀ ਪਿੰਡ ਜਾਣ ਲੱਗੇ ਤੇ ਲਾਰੀ ਅੰਡੇ ਆ ਕੇ ਕਹਿੰਦਾ ਬੱਸ ਵਾਲਾ ਕਹਿੰਦਾ ਹੈਲੋ ਰੋਕੀ ਰੋਕੀ ਉਹ ਰੁਕ ਗਿਆ ਕਹਿੰਦਾ ਜਨਾਬ ਜਗ੍ਹਾ ਹੈ ਉਹਨੇ ਇੱਕ ਸਿੱਟੀ ਕਹਿੰਦਾ ਜਗ੍ਹਾ ਵੇਚ ਕੇ ਅਸੀਂ ਬੱਸ ਲਈਏ ਕਹਿੰਦਾ ਨਹੀਂ ਨਹੀਂ ਤੁਸੀਂ ਮੇਰੀ ਗੱਲ ਨਹੀਂ ਸਮਝੇ ਬਈ ਵਿੱਚ ਸੀਟਾਂ ਹੈ ਉਹਨੇ ਫਿਰ ਇੱਕ ਸਿੱਟੀ ਕਹਿੰਦਾ ਹੋਰ ਅਸੀਂ ਵਿੱਚ ਦਰੀਆਂ ਵਿਛਾਈਆਂ